ਜਦੋਂ ਪੁਲਿਸ ਨੂੰ ਅਪਰੋਚ ਕੀਤਾ ਤਾਂ ਇੱਕ ਇਮੀਡੀਏਟਲੀ ਪੁਲਿਸ ਹਰਕਤ ਵਿੱਚ ਆਈ ਹੈ। ਹਰਕਤ ਵਿੱਚ ਆ ਕੇ ਅਤੇ ਮਾਤਾ ਦੇ ਬਿਆਨਾਂ ਦੇ ਉੱਤੇ ਪਰਚਾ ਦਰਜ ਕਰਨ ਤੋਂ ਬਾਅਦ ਅਸੀਂ ਆਪਣੀਆਂ ਟੀਮਾਂ ਜਿਹੜੀਆਂ ਇਮੀਡੀਏਟਲੀ ਰਵਾਨਾ ਕਰ ਦਿੱਤੀਆਂ ਤਾਂ ਕਿ ਦੋਸ਼ੀ ਜਿਹੜਾ ਕਾਨੂੰਨ ਦੀ ਪਕੜ ਤੋਂ ਦੂਰ ਨਾ ਜਾ ਸਕੇ। ਪਰਚਾ ਦਰਜ ਕਰਨ ਤੋਂ ਬਾਅਦ ਪਿੰਡ ਵਾਲਿਆਂ ਨੇ ਬੜੀ ਮਦਦ ਕੀਤੀ ਔਰ ਪਿੰਡ ਵਾਲਿਆਂ ਦੀ ਮਦਦ ਦੇ ਨਾਲ ਉਸ ਦੋਸ਼ੀ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰ ਕਰਨ ਤੋਂ ਬਾਅਦ ਨਾਲ ਹੀ ਦੋਸ਼ੀ ਕੋਲੋਂ ਪੂਰੀ ਪੁੱਛਗਿੱਛ ਕੀਤੀ ਗਈ ਹੈ ਕਿ ਦੱਸ ਬਈ ਤੂੰ ਤੇਰੀ ਘਰਵਾਲੀ ਜਿਹੜੀ ਹੈ ਮਨਦੀਪ ਕੌਰ ਕਿੱਥੇ ਹੈ। ਅਤੇ ਉਹ ਆਪਣੀ ਪੁੱਛਗਿੱਛ 'ਚ ਮੰਨਿਆ ਕਿ ਮੈਂ ਆਪਣੀ ਘਰਵਾਲੀ ਦੇ ਨੂੰ ਜਿਹੜਾ ਮੌਤ ਦੇ ਘਾਟ ਉਤਾਰ ਦਿੱਤਾ ਹੈਗਾ ਔਰ ਉਹਦੀ ਲਾਸ਼ ਨੂੰ ਮੈਂ ਟਿਕਾਣੇ ਲਗਾਉਣਾ ਸੀਗਾ ਪਰ ਇਹਦੀ ਮਾਂ ਜਿਹੜੀ ਆ ਮੌਕੇ 'ਤੇ ਆ ਗਈ ਅਤੇ ਮੈਂ ਡਰ ਕੇ ਉੱਥੋਂ ਖਿਸਕ ਗਿਆ। ਡੇਰੀ ਵਾਲ ਦੇ ਰਹਿਣ ਵਾਲੇ ਕਿੰਨੀ ਉਮਰ ਸੀਗੀ ਬੇਟੀ ਦੀ? ਹੈ 27-28 ਸਾਲ ਦੀ ਤਾਂ ਹੈ ਹੀ। ਕੰਮ ਵੀ ਕਰਦੀ ਸੀ ਕਿ ਘਰ ਘਰੇਲੂ ਕੰਮ ਹੀ ਕਰਦੀ? ਨਹੀਂ ਪਹਿਲਾਂ ਘਰ ਅਸੀਂ ਇੱਦਾਂ ਘਰੇਲੂ ਕੰਮ ਘਰ ਹੀ ਕਰਦੇ ਹਾਂ ਤਾਂ ਮੁੜ ਕੇ ਥੋੜ੍ਹਾ ਜਿਹਾ ਚਿਰ ਹੋ ਗਿਆ ਜਦੋਂ ਇਹਦੇ ਟੱਕਰੀ ਉਹਦੇ ਨਾਸ ਦੀ ਕੋਈ ਬੱਸਾਂ ਦੇ ਉੱਤੇ ਬੱਚੀਆਂ ਲੱਗਦੀਆਂ ਨੀ ਉਦੋਂ ਉੱਥੇ ਲੱਗੀ ਤੇ ਉੱਥੇ ਟੱਕਰ ਗਿਆ ਸੀ ਕੰਜਰ। ਬੇਟੀ ਨੇ ਦੱਸਿਆ ਹੋਵੇ ਕਿ ਮੈਨੂੰ ਮਾਰਦਾ ਕੁੱਟਦਾ ਜਦੋਂ? ਮੇਰੇ ਨਾਲ ਗੱਲ ਨੀ ਹੋਈ ਜੋ ਭਾਜੀ ਇਹ ਗਈ ਘਰ ਮੇਰੇ ਮੱਥੇ ਨੀ ਲੱਗੀ ਮੈਨੂੰ ਤਾਂ ਦਰਸ਼ਨ ਨਹੀਂ ਦੱਸਦਾ ਦੱਸਣਾ ਕਿੱਥੋਂ। ਇਹ ਤਾਂ ਇੱਕ ਸਾਲ ਤੋਂ ਵਿਆਹ ਹੋਇਆ ਜੀ ਇਹਦੇ ਨਾਲ? ਹਾਂਜੀ ਸਾਲ ਹੋ ਗਿਆ ਇਹਨਾਂ ਦਾ ਵਿਆਹ ਹੋ ਗਿਆ ਮੁੜ ਕੇ ਛੇਤੀ ਇਹਨਾਂ ਦਾ ਤਲਾਕ ਹੋ ਗਿਆ ਸੀ ਕਿਉਂ ਇਹਨਾਂ ਨੇ ਬੇਟੀ ਇਹਦਾ ਕਿਤੇ ਪਹਿਲਾਂ ਵਿਆਹ ਸੀ ਦਿੰਦਾ ਭਾਜੀ ਝੂਠ ਸੱਚ ਮਾਰਿਆ ਇਹਨਾਂ ਨੂੰ ਦੱਸਿਆ ਨੀ। ਨਹੀਂ ਤੇ ਪਹਿਲੀ ਪਤਨੀ ਵੀ ਇਹਨਾਂ ਦੀ ਕਹਿੰਦੇ ਆ ਜਿਹੜੀ ਉਹਦੀ ਵੀ ਉਹ ਵੀ ਇਹਨਾਂ ਹੀ ਮਾਰੀ ਆ। ਲੜਕੀ ਹੈ ਮਨਦੀਪ ਕੌਰ ਉਹ ਜਲਾਲ ਉਸਮਾ ਉਹਦੀ ਮਦਰ ਵੱਲੋਂ ਕੰਪਲੇਂਟ ਆਈ ਸੀ ਕਿ ਜਲਾਲ ਵਿਖੇ ਉਹਦੀ ਜਿਹੜੀ ਹੈ ਬੇਟੀ ਰਹਿ ਰਹੀ ਹੈ ਆਪਣੇ ਹਸਬੈਂਡ ਦੇ ਨਾਲ ਅਤੇ ਉਹ ਜਿਹੜੀ ਹੈ ਅਕਸਰ ਲੜਾਈ ਝਗੜਾ ਉਹਨਾਂ ਦਾ ਆਪਸ 'ਚ ਚੱਲਦਾ ਰਹਿੰਦਾ। ਉਹ ਲੜਾਈ ਝਗੜੇ ਕਰਕੇ ਕਈ ਵਾਰੀ ਉਹ ਜਿਹੜੀ ਉਹਨਾਂ ਦੀ ਬੇਟੀ ਆਪਣੇ ਕੋਲ ਆ ਜਾਂਦੀ ਸੀ ਕਿ ਫਿਰ ਉਹ ਸਮਝਾ ਵਜਾ ਕੇ ਚਲੀ ਜਾਂਦੀ ਸੀਗੀ। ਕੱਲ੍ਹ ਵੀ ਉਹਨਾਂ ਦਾ ਲੜਾਈ ਝਗੜਾ ਹੋ ਰਿਹਾ ਸੀ ਉਹ ਇੱਥੇ ਆਏ ਉਹਨਾਂ ਨੇ ਦੇਖਿਆ ਕਿ ਉਹਦਾ ਹਸਬੈਂਡ ਅਤੇ ਉਹਨਾਂ ਦੀ ਬੇਟੀ ਆਪਸ 'ਚ ਲੜਦੇ ਸੀਗੇ ਇਹਨਾਂ ਨੇ ਸਮਝਾ ਵਜਾ ਕੇ ਚਲੇ ਗਏ ਰਾਤ ਨੂੰ। ਸਵੇਰੇ ਫਿਰ ਉਹਨਾਂ ਦੀ ਮਾਤਾ ਆਈ ਹੈ ਇੱਥੇ ਪਿੰਡ 'ਚ ਪਿੰਡ 'ਚ ਉਹਨੇ ਆ ਕੇ ਦੇਖਿਆ ਅਤੇ ਉਹਨਾਂ ਨੇ ਆਪਣੇ ਜਵਾਈ ਕੋਲੋਂ ਪੁੱਛਿਆ ਵੀ ਸਾਡੀ ਬੇਟੀ ਮਨਦੀਪ ਕਿੱਥੇ ਆ ਅਤੇ ਉਹਨਾਂ ਦੇ ਮੁਤਾਬਕ ਜੋ ਉਹਨਾਂ ਨੇ ਬਿਆਨ ਲਿਖਾਇਆ ਪੁਲਿਸ ਨੂੰ ਉਹਦੇ ਮੁਤਾਬਕ ਉਹਨੇ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਅਤੇ ਆਨਾਕਾਨੀ ਕਰਦਾ ਰਿਹਾ ਅਤੇ ਅੱਕ ਬਚਾ ਕੇ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਇਹਨਾਂ ਨੂੰ ਸ਼ੱਕ ਪਿਆ ਵੀ ਸਾਡੀ ਬੇਟੀ ਉੱਥੇ ਘਰ ਦੇ ਵਿੱਚ ਕਿਤੇ ਵੀ ਮਿਲੀ ਨਹੀਂ ਔਰ ਨਾ ਮਿਲਣ ਕਰਕੇ ਇਹਨਾਂ ਨੂੰ ਇਹਨਾਂ ਨੇ ਮੁਤਾਬਕ ਜੋ ਇਹਨਾਂ ਨੇ ਕੰਪਲੇਂਟ ਦਿੱਤੀ ਆ ਵੀ ਸਾਨੂੰ ਯਕੀਨ ਆ ਵੀ ਸਾਡੀ ਕੁੜੀ ਨੂੰ ਇਹਨੇ ਜ਼ਰੂਰ ਮਾਰ ਕੇ ਖਪਾ ਦਿੱਤਾ ਹੈ ਅਤੇ ਇਸ ਕਰਕੇ ਜਿਹੜੀ ਹੈ ਬਣਦੀ ਕਾਰਵਾਈ ਵਾਸਤੇ ਪੁਲਿਸ ਨੂੰ ਉਹਨੇ ਅਪਰੋਚ ਕੀਤਾ। ਜਦੋਂ ਪੁਲਿਸ ਨੂੰ ਅਪਰੋਚ ਕੀਤਾ ਤਾਂ ਇਸ ਇਮੀਡੀਏਟਲੀ ਪੁਲਿਸ ਹਰਕਤ ਵਿੱਚ ਆਈ ਹੈ। ਹਰਕਤ ਵਿੱਚ ਆ ਕੇ ਅਤੇ ਮਾਤਾ ਦੇ ਬਿਆਨਾਂ ਦੇ ਉੱਤੇ ਪਰਚਾ ਦਰਜ ਕਰਨ ਤੋਂ ਬਾਅਦ ਅਸੀਂ ਆਪਣੀਆਂ ਟੀਮਾਂ ਜਿਹੜੀਆਂ ਇਮੀਡੀਏਟਲੀ ਰਵਾਨਾ ਕਰ ਦਿੱਤੀਆਂ ਤਾਂ ਕਿ ਦੋਸ਼ੀ ਜਿਹੜਾ ਕਾਨੂੰਨ ਦੀ ਪਕੜ ਤੋਂ ਦੂਰ ਨਾ ਜਾ ਸਕੇ। ਪਰਚਾ ਦਰਜ ਕਰਨ ਤੋਂ ਬਾਅਦ ਪਿੰਡ ਵਾਲਿਆਂ ਨੇ ਬੜੀ ਮਦਦ ਕੀਤੀ ਔਰ ਪਿੰਡ ਵਾਲਿਆਂ ਦੀ ਮਦਦ ਦੇ ਨਾਲ ਉਸ ਦੋਸ਼ੀ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰ ਕਰਨ ਤੋਂ ਬਾਅਦ ਨਾਲ ਹੀ ਦੋਸ਼ੀ ਕੋਲੋਂ ਪੂਰੀ ਪੁੱਛਗਿੱਛ ਕੀਤੀ ਗਈ ਹੈ ਕਿ ਦੱਸ ਬਈ ਤੂੰ ਤੇਰੀ ਘਰਵਾਲੀ ਜਿਹੜੀ ਹੈ ਮਨਦੀਪ ਕੌਰ ਕਿੱਥੇ ਹੈ। ਅਤੇ ਉਹ ਆਪਣੀ ਪੁੱਛਗਿੱਛ 'ਚ ਮੰਨਿਆ ਕਿ ਮੈਂ ਆਪਣੀ ਘਰਵਾਲੀ ਦੇ ਨੂੰ ਜਿਹੜਾ ਮੌਤ ਦੇ ਘਾਟ ਉਤਾਰ ਦਿੱਤਾ ਹੈਗਾ ਔਰ ਉਹਦੀ ਲਾਸ਼ ਨੂੰ ਮੈਂ ਟਿਕਾਣੇ ਲਗਾਉਣਾ ਸੀਗਾ ਪਰ ਇਹਦੀ ਮਾਂ ਜਿਹੜੀ ਆ ਮੌਕੇ 'ਤੇ ਆ ਗਈ ਅਤੇ ਮੈਂ ਡਰ ਕੇ ਉੱਥੋਂ ਖਿਸਕ ਗਿਆ। ਉਸ ਤੋਂ ਬਾਅਦ ਦੋਸ਼ੀ ਨੂੰ ਲਿਆ ਕੇ ਨਾਲ ਲੈ ਕੇ ਆਏ ਹਾਂ, ਡਿਊਟੀ ਮੈਜਿਸਟ੍ਰੇਟ ਨੂੰ ਨਾਲ ਲਗਵਾਇਆ ਹੈ ਔਰ ਦੋਸ਼ੀ ਦੀ ਨਿਸ਼ਾਨਦੇਹੀ ਦੇ ਉੱਤੇ ਲੜਕੀ ਦੀ ਜਿਹੜੀ ਲਾਸ਼ ਹੈ ਉਹਦੇ ਘਰੋਂ ਜਿਹੜੀ ਇੱਕ ਰੂੜੀ ਦੇ ਥੱਲੇ ਦਬਾਈ ਹੋਈ ਸੀ ਉੱਥੋਂ ਬਰਾਮਦ ਜਿਹੜੀ ਆ ਕਰ ਲਈ ਗਈ ਹੈ। ਮਾਮਲੇ ਇਹਦੇ ਵਿੱਚ ਜੀ 302 ਅਤੇ 201 ਦਾ ਆਪਣਾ ਪਰਚਾ ਜਿਹੜਾ ਦਰਜ ਕੀਤਾ ਜਾਏ। ਇਹਦੇ ਵਿੱਚ ਜੋ ਹੁਣ ਤੱਕ ਤਫਤੀਸ਼ ਹੈਗੀ ਆ, ਦੇਖੋ ਉਹਦੇ ਜਿਹੜਾ ਅਸਲੀ ਜਿਹੜਾ ਟਾਈਮ ਹੈ
वो पोस्टमार्टम की रिपोर्ट तो ही सानू जाहिर होएगा और किस तरीके नाल उन्हें उन्हों मारिया ये भी जिहड़ा असली चीज़ है वो पोस्टमार्टम की रिपोर्ट के नाल ही सामने आएगी। और हजे तक की जिहड़ी तफतीश है उहदे विच इन्नी गल स्पष्ट है भी इन्हां दा घरेलू रंजिश घरेलू झगड़ा ही इसकी जिहड़ी है वजह हैगी। नहीं वो अजे फाइंड आउट करना बाकी है जी, ये दा कोई पिछला क्रिमिनल बैकग्राउंड है कि नहीं वो असी फाइंड आउट करना। परमात्मा दे घर देर है पर हनेर नहीं, अजिही कोई परेशानी नहीं जिसका कोई हल ना होवे। ज्योति सम्राट पंडित तुलसीदास जी, मन चाहे प्यारली माता पिता नूं मनाउणा, प्रेमी प्रेमिका पति पत्नी च झगड़ा, सोधन दुश्मन तो छुटकारा, तलाक केस, जमीनी झगड़ा, इमीग्रेशन मसले, कर्जा मुक्ति, गुप्त वशीकरण कराओ, मन चाहा प्रेमी प्रेमिका पाओ, प्यार च धोखा खा चुके प्रेमी प्रेमिका एक बार जरूर संपर्क करो, मैं तुहाडा प्यार टुटन नहीं देवांगा। संपर्क करो 98147 56620।